सखनिया टेर सखनिया ने ओ जिन्ना देश सेवा विच पैर पाया ओ जिन्ना देश सेवा विच पैर पाया जहान ते खिड़े रहिंदे जेड़े कंडियां नाल गुजारदे ने ओ घड़ियां दे आसरे टोलदे नहीं ओते लभ लैंदे कंडे पारदे नहीं नमी जिंदगी जग नूं देण वाले पहला मौत दी जुल्फ सवारदे ने उन्हां उत्तों सिरवार ने करे दुनिया जेड़े देश लई जाना वारदे ने देश लई कौम लई हक लई सच लई नेकी लई परपकार लई जाना वारन वालिया नू हमेशा याद कीता जांदा याद रहणगे जिन्हां दी याद रह जो भुल जाणगे सारे इंसान बाकी तवारीख उगाइयां रहू दिंदे देश भगत ने सुखन जवान बाकी खातर देश लई जिन्हां जान दित्ती रहू उन्हां दी जान पछाण बाकी देश दी गुलामी दीआं जीरां तों मुक्त कराउण हेता जिन्हां सूरबीर योधियां बहादुरां सिद्धकवानां ने अपने तन दा ठीकरा भन के देश नूं गुलामी दीआं जीरां तों मुक्त कराया उन्हां विच इक नां है सरदार ऊधम सिंह सुनाम दे रहण वाला 13 अप्रैल 1919 नूं सर माइकल अडवायर दे हुक्म नाल जनरल डायर ने जलियांवाले बाग दे अंदर नहाथे पंजाबियां हिंदुस्तानियां उत्ते गोली चला के हज़ारां नूं मौत दे घाट उतार दिता और मामा नालों पुत्र विछड़ गए भैणा नालों वीर विछड़ गए बजुर्गों दीआं डगोरियां नूं तोड़ दिता गया सुहागणा दे सुहाग लुटे गए जंगल की अग वांग यह गल अमृतसर शहर के अंदर फैल गई एक सस ते एक नूं जलियांवाले बाग के अंदर अपने पुत्र ते अपनी पति दे लाश नूं वेखण वास्ते आईआं उस समय के हालात नूं इंटरनेशनल गोल्ड मैडलस का पंथक ढाडी जत्था ढाडी ज्ञानी गुरनाम सिंह जी मोही चंडीगढ़ वाले ढाडी भाई स्वर्ण सिंह जी सफरी सरंगी वादक भाई हरप्रीत सिंह जी हैप्पी ढाडी भाई बलवीर सिंह जी पपराली उस समय के हालात को आपकी सेवा अंदर इउं पेश करता जा रहा मारिया पुत्रा लोड़ा आ
ਕੇ ਤੁਰ ਗਿਆ ਸੱਸ ਵਿਛੋੜਾ ਐਡਾ ਮਾਰਿਆ ਪੁੱਤਰਾ ਲੋੜਾ ਆ ਕੇ ਤੁਰ ਗਿਆ ਸੱਸ ਵਿਛੋੜਾ ਮੈਂ ਹੁਣੀ ਕਦ ਪਾਵੇਗਾ ਮੋੜਾ ਜਿਨ ਸੁਣ ਮਸਾਨ ਵੇ ਤੇਰੀ ਥਾਂ ਮੈਂ ਮਰ ਜਾ ਤੂੰ ਪੁੱਤ ਜਵਾਨੀਆ ਮਾਣ ਵੇ ਤੇਰੀ ਥਾਂ ਮੈਂ ਮਰ ਜਾ ਤੂੰ ਪੁੱਤ ਜਵਾਨੀਆ ਮਾਣ ਵੇ ਚੂਰਾ ਚੂਰਾ ਰਹਿ ਗਿਆ ਜੀਵਨ ਪੰਧ ਅਧੂਰਾ ਜੀਵਨ ਲੱਗੇ ਪਹਾੜ ਵੇ ਹੋ ਤੇਰੇ ਬਾਜੋਂ ਸਾਈਆਂ ਦੁਨੀਆਂ ਦਿਸੇ ਉਜਾੜ ਵੇ ਤੇਰੇ ਬਾਜੋਂ ਸਾਈਆਂ ਦੁਨੀਆਂ ਦਿਸੇ ਉਜਾੜ ਵੇ ਆ ਕੇ ਲੈ ਲੈ ਮਾਂ ਦੀਆਂ ਸਾਰਾ ਕੁਝ ਨੀ ਸੋਚਦਾ ਮੈਂ ਤਾਹਾ ਮਾਰਾ ਆ ਕੇ ਲੈ ਲੈ ਮਾਂ ਦੀਆਂ ਸਾਰਾ ਕੁਝ ਨੀ ਸੋਚਦਾ ਮੈਂ ਤਾਹਾ ਮਾਰਾ ਮੈਂ ਤੇਰਾ ਕਿੱਦਾਂ ਸਨ ਸਹਾਰਾ ਦਿਸਦੀ ਸੁਣ ਮਸਾਨ ਵੇ ਤੇਰੀ ਥਾਂ ਮੈਂ ਮਰ ਜਾ ਤੂੰ ਪੁੱਤ ਜਵਾਨੀਆ ਮਾਣ ਵੇ ਤੇਰੀ ਥਾਂ ਮੈਂ ਮਰ ਜਾ ਤੂੰ ਪੁੱਤ ਜਵਾਨੀਆ ਮਾਣ ਵੇ ਜਲਿਆਂ ਵਾਲੇ ਬਾਗ ਦੇ ਅੰਦਰ ਇੱਕ ਪਾਸੇ ਮਾਂ ਇੱਕ ਪਾਸੇ ਨੂੰ ਉਸ ਲੋਥਾਂ ਵਿੱਚੋਂ ਆਪਣੇ ਪੁੱਤ ਤੇ ਆਪਣੇ ਪਤੀ ਨੂੰ ਭਾਲਦੀਆਂ ਫਿਰਦੀਆਂ ਚਾਰੇ ਪਾਸੇ ਕੁਰਲਾਹਟ ਸੀ ਚਾਰੇ ਪਾਸੇ ਹਾਹਾਕਾਰ ਸੀ ਦੁਖੀਆਂ ਦੀ ਪੁਕਾਰ ਸੀ ਸੁਣਨ ਵਾਲਾ ਕੋਈ ਨਹੀਂ ਸੀ ਅੰਮ੍ਰਿਤਸਰ ਦੀ ਧਰਤੀ ਉੱਤੇ ਯਤੀਮ ਖਾਨੇ ਦੇ ਅੰਦਰ ਸਰਦਾਰ ਊਧਮ ਸਿੰਘ ਨੇ ਰਹਿ ਕੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਾਸ ਕੀਤੀ ਉਸ ਯਤੀਮ ਖਾਨੇ ਦੇ ਨੌਜਵਾਨ ਬੱਚੇ ਆ ਕੇ ਉਹਨਾਂ ਫੱਟਣਾ ਦਾ ਉਹਨਾਂ ਦੁਖੀਆਂ ਦਾ ਭਾਲ ਕਰਨ ਵਾਸਤੇ ਆਏ ਸਰਦਾਰ ਊਧਮ ਸਿੰਘ ਨੇ ਆਪਣੀਆਂ ਨਜ਼ਰਾਂ ਨਾਲ ਇਸ ਮਜ਼ਮ ਨੂੰ ਵੇਖਿਆ ਤੜਫਦੀਆਂ ਹੋਈਆਂ ਲਾਸ਼ਾਂ ਨੂੰ ਵੇਖਿਆ ਅੱਖਾਂ ਵਿੱਚੋਂ ਵਹਿੰਦੇ ਹੋਏ ਹੰਝੂਆਂ ਨੂੰ ਤੱਕਿਆ ਕਹਿੰਦੇ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਖਲੋ ਕੇ ਸਰਦਾਰ ਊਧਮ ਸਿੰਘ ਨੇ ਸ਼ਹੀਦਾਂ ਦੀ ਰਾਖ ਨੂੰ ਮੱਥੇ 'ਤੇ ਲਾ ਕੇ ਮਨ ਦੇ ਅੰਦਰ ਪ੍ਰਣ ਕੀਤਾ ਵੀ ਜਿੰਨੀ ਦੇਰ ਤੱਕ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰ ਨਹੀਂ ਦਿੰਦਾ ਜਿੰਨੀ ਦੇਰ ਜਲਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਨਹੀਂ ਲੈ ਲੈਂਦਾ ਮੈਂ ਉਨੀ ਦੇਰ ਤੱਕ ਆਰਾਮ ਨਾਲ ਚੈਨ ਨਾਲ ਨਹੀਂ ਬੈਠਾਂਗਾ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਜਹਾਂ ਮੌਤ ਪੀ ਹਯਾਤ ਹੈ ਅਮਰ ਰਹਿੰਦੀਆਂ ਜੱਗ 'ਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਘਾਲਣਾ ਘਾਲਦੇ ਨੇ ਛੰਨੇ ਖੋਪੜੀ ਦੇ ਫੜਕੇ ਵੀਰ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ ਇਹ ਪੰਜਾਬ ਦਾ ਨੌਜਵਾਨ ਅਣਖੀਲਾ ਗੱਭਰੂ ਹਰਿਮੰਦਰ ਸਾਹਿਬ ਪੁੱਜਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਾ ਧਾਰਿਆ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਦਹਿਲੀਜ ਉੱਤੇ ਸਰ ਰੱਖ ਕੇ ਹੱਥ ਜੋੜ ਸੀ ਝੁਕਾ ਅਰਦਾਸ ਕਰਦਾ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋਊ ਲਾਗੈ ਜਾਂ ਕੀ ਪ੍ਰਭ ਅੱਗੇ ਅਰਦਾਸ ਪੰਜਾਬ ਦਾ ਅਣਖੀਲਾ ਨੌਜਵਾਨ ਗੱਭਰੂ ਸਰਦਾਰ ਊਧਮ ਸਿੰਘ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਖਲੋ ਕੇ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਲੈਣ ਵਾਸਤੇ ਜਿਵੇਂ ਅਰਦਾਸ ਕਰਦਾ ਜਾ ਰਿਹਾ ਢਾਡੀ ਜਿੱਥੇ ਕੋਲੋਂ
ਐਂ ਸਰਵਣ ਕਰਦੇ ਜਾਣਾ ਜੀ। ਗੁਰੂ ਗ੍ਰੰਥ ਪਾਸੋ ਸੰਗਤ ਵਿੱਚ ਪ੍ਰੇਮ ਦੇ ਖੜਾ ਹੋਵੇ
सिर ते हाथ रखी चित डोलने तो सचे बिज प्रेम दे ढला होवे अंग संग होके सेवा करी राखी तेरे पंथ दी चढ़दी कला होवे गुरु नानक गुरु गोबिंद सिंह जी तेरे भाणे सरबत दा भला होवे तुद आगे अरदास हमारी जियो पिंड सब तेरा कहो नानक सब तेरी वडियाई कोई नाव ना जाने मेरा सरदार उधम सिंह ने धन गुरु रामदास महाराज के चरणों में खलो के अरदास की हे धन गुरु रामदास महाराज सिर ते मेहर भरिया हथ बल बुद्ध ते समर्था बख्शो जालम की छाती में गोलियां मार के जलियांवाले बाग के शहीदों का बदला ले सका बिरध है बिरथी कदे ना हो गई जन की अरदास नानक जोर गोविंद का पूर्ण गुणतास जो मांगे ठाकर अपने ते सोई सोई देवें नानक दास मुख ते जो बोले इहां हुआं सच होवे सर माइकल ओडवायर ते जनरल डायर ए वड्डा साका करके अपनी बलैत विच पुज गई 22 साल दा समा सरदार उधम सिंह ने इन्हां जालमां नूं भालण ते ला दिता अपना देश छड अनेकां देशां नगरां ते शहरां विचों हुंदा होया सरदार उधम सिंह इंग्लैंड दी धरती ते पुज्जा 13 मार्च 1940 नूं लंडन दे कैस्टन हाल विच घोड़ियां दी एक मीटिंग हो रही सी इस मीटिंग दे अंदर वखो वखरे अफसरां ने अपने बयान दिते जनरल डर उठिया उन्हें आख्या जे बगावत नूं दवाउणा चाहुंदे हो जिवें मैं पंजाब दे अंदर पंजाबियां नूं दबाया पंजाबियां दा कहाण कीता क्योंकि लातों के भूत बातों से नहीं मानते जे हिंदुस्तानियों नूं सिद्धा करना चाहुंदे हो एक बारी मैनूं फिर हिंदुस्तान भेज दिओ पंजाब दा अणखीला गवरू छाल मार के उठिया इहदे मत्थे ते पए वट अखां विच आई लाल लई इहदे डाले फड़के इहदा गया रिवालवर दे उत्ते हथ इहने करके रिवालवर सिद्धा जालम दी छाती विच काड़ 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 करके 3 गोलियां हे इउं मार दित्तियां Thank you.
ਨਹੀਂ ਠਹਿਰ ਓਏ ਤੂੰ ਸਦ ਹਮੈਤੀ ਆਪਣੇ ਓਏ ਤੂੰ ਸਦ ਹਮੈਤੀ ਆਪਣੇ ਤੇਰੀ ਨਹੀਂ ਜਾਣਦੀ ਖੈਰ ਐਨੀ ਕਹਿ ਕੇ ਗੋਲੀ ਮਾਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।